ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਮੇ YouTube ਚੈਨਲ ਗੁਰਮੀਤ ਕਿਚਨ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਨਾਲ ਬਹੁਤ ਹੀ ਮਜ਼ੇਦਾਰ ਰੈਸਪੀ ਸ਼ੇਅਰ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਅਗਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪਣੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਰੈਸਪੀ ਕਿਵੇਂ ਦੀ ਲੱਗਦੀ ਹੈ ਚਲੋ ਫੇਰ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਅੱਜ ਮੈਂ ਤੁਹਾਡੇ ਨਾਲ ਵੈਸ ਸੁਪਰਿੰਗ ਰੋਲ ਦੀ ਰੈਸিপি ਸ਼ੇਅਰ ਕਰਾਂਗੀ ਵੈਸ ਸੁਪਰਿੰਗ ਰੋਲ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਮੈਦਾ ਲਗਾ ਕੇ ਤਿਆਰ ਕਰ ਲੈਨੇ ਆ ਮੈਦਾ ਗੁੰਨਣ ਦੇ ਲਈ ਅਸੀਂ ਦੋ ਕਟੋਰੀ ਮੈਦੇ ਦੀ ਲਈ ਹੈ ਇਸ ਤਰ੍ਹਾਂ ਦਾ ਕੋਈ ਵੀ ਕਟੋਰੀ ਜਾਂ ਕੱਪ ਤੁਸੀਂ ਨਾਪ ਲਈ ਸੈੱਟ ਕਰ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਨਮਕ ਐਡ ਕਰਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਦੋ ਤਿੰਨ ਚਮਚ ਆਇਲ ਐਡ ਕਰਨਾ ਤੁਸੀਂ ਇਹਦੀ ਜਗ੍ਹਾ ਤੇ ਰਾਈਨਡ ਆਲ ਵੀ ਯੂਜ਼ ਕਰ ਸਕਦੇ ਹੋ ਮੈਂ ਇਹਦੇ ਵਿੱਚ ਸਰ੍ਹੋਂ ਦਾ ਆਇਲ ਪਾਇਆ ਵਾ ਦੇਸੀ ਘਿਓ ਦਾ ਵੀ ਯੂਜ਼ ਕਰ ਸਕਦੇ ਹੋ ਫਰੈਂਡਸ ਅਗਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਸਪੋਰਟ ਔਰ ਪਿਆਰ ਨਾਲ ਹੀ ਮੈਂ ਹੋਰ ਵੀ ਵੀਡੀਓ ਲੈ ਕੇ ਹੁੰਦੀ ਰਵਾਂਗੀ ਵੱਧ ਤੋਂ ਵੱਧ ਸਪੋਰਟ ਕਰੋ ਇਸ ਤਰੀਕੇ ਨਾਲ ਕਰਦੇ ਹੋਏ ਪੂਰੇ ਮੈਦੇ ਦੇ ਵਿੱਚ ਮੋਇਨ ਨੂੰ ਮਿਕਸ ਕਰ ਲੈਣਾ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇੱਕ ਸੌਫਟ ਡੋ ਤਿਆਰ ਕਰਨਾ ਬਹੁਤ ਜ਼ਿਆਦਾ ਹਾਰਡ ਜਾਂ ਬਹੁਤ ਜ਼ਿਆਦਾ ਪਤਲਾ ਸੌਫਟ ਡੋ ਸਾਡਾ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ ਇਹਨੂੰ ਸਾਰੇ ਨੂੰ ਇਕੱਠਾ ਕਰਨਾ ਵਾ ਇੱਕਦਮ ਅਸੀਂ ਸਾਰਾ ਪਾਣੀ ਨਹੀਂ ਪੋਣਾ ਨਹੀਂ ਤਾਂ ਸਾਡਾ ਡੋ ਜਿਹੜਾ ਪਤਲਾ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੇ ਮੈਦੇ ਨੂੰ ਇਕੱਠਾ ਕਰ ਲਿਆ ਵਾ ਇਸ ਤਰ੍ਹਾਂ ਅਸੀਂ ਮੈਦੇ ਨੂੰ ਲਗਾ ਕੇ ਤਿਆਰ ਕਰਨਾ ਵਾ ਹੁਣ ਅਸੀਂ ਇਹਨੂੰ ਟੱਕ ਕੇ 15 ਮਿੰਟ ਲਈ ਰੈਸਟ 'ਤੇ ਰੱਖਾਂਗੇ ਇਸ ਤਰੀਕੇ ਨਾਲ ਕਿਸੇ ਵੀ ਵਰਤਨ ਜਾਂ ਕਿਸੇ ਕੱਪੜੇ ਦੇ ਨਾਲ ਤੁਸੀਂ ਮੈਦੇ ਨੂੰ ਢੱਕ ਕੇ ਰੱਖਣਾ ਹੁਣ ਅਸੀਂ ਸਬਜ਼ੀਆਂ ਦੇਖ ਲੈਣੇ ਜਿਹੜੀਆਂ ਅਸੀਂ ਸਪ੍ਰਿੰਗ ਰੋਲ ਦੇ ਵਿੱਚ ਪਾਉਣੀਆਂ ਵਾ ਪੱਤਾ ਗੋਭੀ ਬਰੀਕ ਬਰੀਕ ਕੱਟ ਲਈ ਜੀ ਗਾਜਰ ਨੂੰ ਆ ਬਰੀਕ ਬਰੀਕ ਲੰਮਾ ਲੰਮਾ ਕੱਟ ਲਿਆ ਸੀਗਾ ਹੁਣ ਅਸੀਂ ਬਾਕੀ ਸਬਜ਼ੀਆਂ ਵੀ ਦੇਖ ਲੈਣੀਆਂ ਜਿਹੜੀਆਂ ਅਸੀਂ ਸਪ੍ਰਿੰਗ ਰੋਲ ਦੇ ਵਿੱਚ ਪਾਉਣੀਆਂ ਪਿਆਜ਼ ਬਰੀਕ ਬਰੀਕ ਕੱਟਿਆ ਹੋਇਆ ਲੰਮਾ ਲੰਮਾ ਸਿਮਲਾ ਮਿਰਚ ਵੀ ਬਰੀਕ ਬਰੀਕ ਕੱਟ ਲਈ ਸੀਗੀ ਲੰਬੀ ਲੰਬੀ ਹਾਫ ਟੋਰੀ ਮੈਂ ਇਹਦੇ ਵਿੱਚ ਬਰੀਕ ਬਰੀਕ ਕੱਟਿਆ ਹੋਇਆ ਲਸਣ ਲਿਆਵਾ ਇਹਨੂੰ ਵੀ ਵਿੱਚ ਐਡ ਕਰਨਾ ਹਾਫ ਟੋਰੀ ਅਦਰਕ ਬਰੀਕ ਬਰੀਕ ਕੱਟਿਆ ਹੋਇਆ ਔਰ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਹਰੀ ਮਿਰਚ ਅਸੀਂ ਪਾਵਾਂਗੇ ਹੁਣ ਅਸੀਂ ਬੰਦ ਗੋਭੀ ਔਰ ਗਾਜਰ ਨੂੰ ਇੱਕ ਪਤੀਲੇ ਦੇ ਵਿੱਚ ਪਾ ਕੇ ਨਮਕ ਪਾ ਕੇ ਇਹਨੂੰ 15 ਮਿੰਟ ਲਈ ਰੈਸਟ 'ਤੇ ਰੱਖਣਾ। ਹੁਣ ਅਸੀਂ ਇਹਦੇ ਵਿੱਚ ਨਮਕ ਐਡ ਕਰਨਾ ਔਰ ਹੱਥਾਂ ਨਾਲ ਚੰਗੀ ਤਰ੍ਹਾਂ ਨਮਕ ਨੂੰ ਮਿਕਸ ਕਰਕੇ ਇਸ ਤਰੀਕੇ ਨਾਲ ਅਸੀਂ ਕਰਨਾ ਔਰ ਢੱਕਣ ਲਗਾ ਕੇ ਅਸੀਂ ਇਹਨੂੰ 15 ਮਿੰਟ ਲਈ ਰੱਖਾਂਗੇ। 15 ਮਿੰਟ ਹੋ ਚੁੱਕੇ ਆ ਚੈੱਕ ਕਰ ਲੈਨੇ ਆ ਸਬਜ਼ੀਆਂ ਨੇ ਪਾਣੀ ਛੱਡ ਦਿੱਤਾ। ਹੁਣ ਅਸੀਂ ਇਹਨੂੰ ਇੱਕ ਕੱਪੜੇ ਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਕਿਸੇ ਵੀ ਪਤਲੇ ਕੱਪੜੇ ਦੇ ਵਿੱਚ ਪਾ ਕੇ ਇਹਦਾ ਪਾਣੀ ਨਿਚੋੜਨਾ ਵਾ ਜੋ ਵੀ ਸਬਜ਼ੀਆਂ ਦੇ ਵਿੱਚ ਐਕਸਟਰਾ ਪਾਣੀ ਹੋਏਗਾ ਨਿਚੜ ਜਾਏਗਾ ਚੰਗੀ ਤਰ੍ਹਾਂ ਨਿਕਲ ਜਾਏਗਾ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਦੇ ਵਿੱਚ ਪਾਣੀ ਕਿੰਨਾ ਨਿਕਲ ਗਿਆ ਹੋ ਇਸ ਤਰੀਕੇ ਨਾਲ ਸਾਡੀ ਫੀਲਿੰਗ ਫਿਰ ਵਧੀਆ ਬਣ ਕੇ ਤਿਆਰ ਹੋਏਗੀ ਅਗਰ ਅਸੀਂ ਇਸ ਸਟੈਪ ਨੂੰ ਕਰ ਲਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਸਾਡੀਆਂ ਇੱਕਦਮ ਸੁੱਕੀਆਂ ਹੋ ਗਈਆਂ ਹੁਣ ਅਸੀਂ ਸਬਜ਼ੀਆਂ ਨੂੰ ਤੜਕਾ ਲਗਾਉਣਾ ਵਾ ਫੀਲਿੰਗ ਬਣਾ ਕੇ ਤਿਆਰ ਕਰਨੀ ਆ ਫਿਲਿੰਗ ਬਣਾਉਣ ਦੇ ਲਈ ਮੈਂ ਕੜਾਹੀ ਦੇ ਵਿੱਚ ਤੇਲ ਪਾ ਦਿੱਤਾ ਇੱਕ ਚਮਚ ਹੁਣ ਅਸੀਂ ਇਹਦੇ ਵਿੱਚ ਹਾਫ ਚਮਚ ਜੀਰੇ ਦਾ ਪਾਉਣਾ ਹੁਣ ਅਸੀਂ ਇਹਦੇ ਵਿੱਚ ਲਸਣ ਐਡ ਕਰ ਦੇਣਾ ਅਦਰਕ ਔਰ ਨਾਲ ਹੀ ਅਸੀਂ ਇਹਦੇ ਵਿੱਚ ਹਰੀ ਮਚ ਐਡ ਕਰ ਦੇਣੀ ਆ 15-20 ਸੈਕਿੰਡ ਦੇ ਲਈ ਅਸੀਂ ਇਹਨਾਂ ਨੂੰ ਫਰਾਈ ਕਰਨਾ ਵਾ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ ਨਾਲ ਹੀ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਵੀ ਅਸੀਂ ਮਾਰਾ ਜਾ ਫਰਾਈ ਕਰ ਲਾਂਗੇ 10-15 ਸੈਕਿੰਡ ਦੇ ਲਈ ਹੁਣ ਅਸੀਂ ਇਹਦੇ ਨਾਲ ਹੀ ਇਹਦੇ ਵਿੱਚ ਸਿਮਲਾ ਮਿਰਚ ਪਾ ਦਾਂਗੇ ਸਿਮਲਾ ਮਿਰਚ ਨੂੰ ਵੀ ਮਾਰਾ ਜਾ ਫਰਾਈ ਕਰ ਲੈਨੇ ਆ ਜਦਾਂ ਅਸੀਂ ਕਿਸੇ ਵੀ ਸਬਜ਼ੀ ਨੂੰ ਫਰਾਈ ਨਹੀਂ ਕਰਨਾ ਹੁਣ ਅਸੀਂ ਇਹਦੇ ਵਿੱਚ ਗਾਜਰ ਔਰ ਪੱਤਾ ਗੋਭੀ ਐਡ ਕਰ ਦਾਂਗੇ ਹੁਣ ਅਸੀਂ ਦਰਦਲੀ ਕੁੱਟੀ ਹੋਈ ਕਾਲੀ ਮਿਰਚ ਐਡ ਕਰਾਂਗੇ 1 ਚਮਚਾ ਅਸੀਂ ਇਹਦੇ ਵਿੱਚ ਸੋਇਆ ਸੌਸ ਦਾ ਪਾਉਣਾ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਰੈਂਡਸ ਅਗਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹੁਣ ਅਸੀਂ ਇਹਦੇ ਵਿੱਚ ਨਮਕ ਐਡ ਕਰ ਦਾਂਗੇ ਨਮਕ ਅਸੀਂ ਪਹਿਲਾਂ ਵੀ ਸਬਜ਼ੀਆਂ ਦੇ ਵਿੱਚ ਪਾਇਆ ਹੋਇਆ ਜਦੋਂ ਅਸੀਂ ਸਬਜ਼ੀਆਂ ਨੂੰ ਨਚੋੜਿਆ ਸੀਗਾ ਇਸ ਕਰਕੇ ਨਮਕ ਜ਼ਿਆਦਾ ਨਹੀਂ ਪਾਉਣਾ ਚੰਗੀ ਤਰ੍ਹਾਂ ਇਹਨਾਂ ਨੂੰ ਨਮਕ ਦੇ ਨਾਲ ਮਿਕਸ ਕਰ ਲਾਂਗੇ ਸਬਜ਼ੀਆਂ ਨੂੰ ਤੁਸੀਂ ਦੇਖ ਸਕਦੇ ਹੋ ਫੀਲਿੰਗ ਸਾਡੀ ਬਣ ਕੇ ਰੈਡੀ ਹੋ ਚੁੱਕੀ ਆ ਹੁਣ ਅਸੀਂ ਇਹਦੇ ਵਿੱਚ ਹਰਾ ਧਨੀਆ ਐਡ ਕਰਾਂਗੇ ਤੁਸੀਂ ਇਹਦੇ ਵਿੱਚ ਸਪ੍ਰਿੰਗ ਆਨੀਅਨ ਵੀ ਐਡ ਕਰ ਸਕਦੇ ਹੋ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਰੇ ਧਨੀਏ ਦੇ ਨਾਲ ਇਸ ਤਰੀਕੇ ਦੇ ਨਾਲ ਔਰ ਗੈਸ ਤੇ ਫਲੇਮ ਨੂੰ ਆਫ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਫੀਲਿੰਗ ਸਾਡੀ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਅਸੀਂ ਫੀਲਿੰਗ ਨੂੰ ਠੰਡਾ ਹੋਣ ਲਈ ਰੱਖ ਦਿੰਨੇ ਆ ਤੇ ਆਪਣੇ ਡੋਅ ਦੇਖ ਲੈਨੇ ਆ 10-15 ਮਿੰਟ ਹੋ ਚੁੱਕੇ ਆ ਡੋਅ ਨੂੰ ਲਗਾਏ ਹੋਏ ਤੁਸੀਂ ਦੇਖ ਸਕਦੇ ਹੋ ਸਪ੍ਰਿੰਗ ਰੋਲ ਬਣਾਉਣ ਦੇ ਲਈ ਡੋਅ ਸਾਡਾ ਤਿਆਰ ਹੋ ਚੁੱਕਾ ਵਾ ਹੁਣ ਅਸੀਂ ਇਹਦੇ ਪੇੜੇ ਕੱਟ ਕੇ ਤਿਆਰ ਕਰ ਲੈਂਦੇ ਆ ਫਰੈਂਡਸ ਅਗਰ ਤੁਸੀਂ ਮੇਰਾ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਇਸ ਤਰੀਕੇ ਨਾਲ ਅਸੀਂ ਸਾਰੇ ਪੇੜੇ ਕੱਟ ਕੇ ਤਿਆਰ ਕਰ ਲੈਨੇ ਆ ਸੁਪਰਿੰਗਰ ਬਣਾਉਣ ਦੇ ਲਈ ਅਸੀਂ ਸੀਟ ਨਾਲ ਦੀ ਨਾਲ ਹੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਨਹੀਂ ਤੁਹਾਨੂੰ ਰੈਸਪੀ ਦੀ ਸਮਝ ਆਉਣੀ ਆ ਇਸ ਤਰੀਕੇ ਨਾਲ ਅਸੀਂ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਪੇੜੇ ਬਣਾ ਕੇ ਤਿਆਰ ਕਰਨੇ ਆ ਸਾਰੇ ਪੇੜ ਬਣਾ ਕੇ ਤਿਆਰ ਕਰ ਲਿਆ ਹੁਣ ਅਸੀਂ ਇੱਕ ਕੋਲ ਬਣਾ ਕੇ ਤਿਆਰ ਕਰਨਾ ਵਾ ਜਿਸ ਦੇ ਨਾਲ ਅਸੀਂ ਸਪ੍ਰਿੰਗ ਰੋਲ ਨੂੰ ਜੋੜਨਾ ਵਾ ਤੁਸੀਂ ਦੇਖ ਸਕਦੇ ਹੋ ਇੱਕ ਚਮਚ ਮੈਦਾ ਔਰ ਇੱਕ ਚਮਚ ਅਲਰੋਡ ਪਾ ਕੇ ਅਸੀਂ ਕੋਲ ਬਣਾ ਲਿਆ ਵਾ ਹੁਣ ਅਸੀਂ ਸਪ੍ਰਿੰਗ ਰੋਲ ਦੀ ਸੀਟ ਬਣਾ ਕੇ ਤਿਆਰ ਕਰਾਂਗੇ ਸਪ੍ਰਿੰਗ ਰੋਲ ਦੀ ਸੀਟ ਜਿੰਨੀ ਪਤਲੀ ਹੋਵੇਗੀ ਓਨੇ ਸਪ੍ਰਿੰਗ ਰੋਲ ਸਾਡੇ ਕਰੰਚੀ ਕਰਾਰੇ ਔਰ ਕੁਟਕਰੇ ਬਣ ਕੇ ਤਿਆਰ ਹੋਣਗੇ ਇਸ ਤਰ੍ਹਾਂ ਇੱਕ ਨਾਲ ਕਰਦੇ ਹੋਏ ਅਸੀਂ ਸੀਟ ਵੇਲ ਲਾਂਗੇ ਫਰੈਂਡਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਫੇਰ ਹੀ ਤੁਹਾਨੂੰ ਵੀਡੀਓ ਦੀ ਸਮਝ ਆਣੀ ਆ ਰੈਸਪੀ ਦੀ ਸਮਝ ਆਣੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਟਰਾਂਸਪੇਰੈਂਟ ਸਾਡੀ ਸਪ੍ਰਿੰਗ ਰੋਲ ਦੀ ਸੀਟ ਹੋਣੀ ਚਾਹੀਦੀ ਆ ਹੁਣ ਅਸੀਂ ਇਹਦੇ ਵਿੱਚ ਫੀਲਿੰਗ ਪਾ ਦਾਂਗੇ ਇੱਕ ਚਮਚ ਭਰ ਕੇ ਮੈਂ ਫੀਲਿੰਗ ਤਾਂ ਪਾ ਦਿੱਤਾ ਵਾ ਇਸ ਤਰੀਕੇ ਨਾਲ ਅਸੀਂ ਫੀਲਿੰਗ ਭਰ ਦਾਂਗੇ ਹੁਣ ਅਸੀਂ ਸਲੈਰੀ ਬਣਾ ਕੇ ਤਿਆਰ ਕੀਤੀ ਸੀਗੀ ਉਹ ਲਗਾ ਦਾਂਗੇ ਸੀਟ ਦੇ ਚਾਰ ਪਾਸੇ ਇਸ ਤਰੀਕੇ ਨਾਲ ਇਦੇ ਨਾਲ ਸਪ੍ਰਿੰਗ ਰੋਲ ਖੁੱਲਣਗੇ ਨਹੀਂ ਤੇਲ ਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਬੰਦ ਕਰ ਦਾਂਗੇ ਉੱਪਰ ਅਸੀਂ ਹੋਰ ਲਗਾ ਦਾਂਗੇ ਇਸ ਤਰੀਕੇ ਨਾਲ ਫੋਲਡ ਕਰਦੇ ਹੋਏ ਸਪ੍ਰਿੰਗ ਰੋਲ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਰੋਲ ਕਰਦੇ ਹੋਏ ਸਪ੍ਰਿੰਗ ਰੋਲ ਬਣਾ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਅਸੀਂ ਸਾਰੇ ਇਹ ਸੁਪਰਿੰਗ ਰੋਲ ਬਣਾ ਕੇ ਤਿਆਰ ਕਰ ਲਾਂਗੇ ਸੁਪਰਿੰਗ ਰੋਲ ਨੂੰ ਅਸੀਂ ਬਹੁਤ ਸਾਰੇ ਤਰੀਕਿਆਂ ਦੇ ਨਾਲ ਫੋਲਡ ਕਰ ਸਕਦੇ ਹਾਂ ਹੁਣ ਅਸੀਂ ਦੂਸਰੇ ਤਰੀਕੇ ਦੇ ਨਾਲ ਬਣਾ ਕੇ ਦੱਸਾਂਗੇ ਸੇਮ ਤਰੀਕੇ ਦੇ ਨਾਲ ਅਸੀਂ ਇਹਨੂੰ ਲਗਾ ਦਾਨੀ ਆ ਕੋਲ ਲਗਾ ਕੇ ਫਿਰ ਅਸੀਂ ਇਹਨਾਂ ਨੂੰ ਸਾਈਡਾਂ ਤੋਂ ਫੋਲਡ ਕਰ ਦੇਣਾ ਇਹਦੇ ਉੱਪਰ ਵੀ ਅਸੀਂ ਸਲਰੀ ਲਗਾ ਦਾਂਗੇ ਜੋ ਕੋਲ ਬਣਾ ਕੇ ਤਿਆਰ ਕੀਤਾ ਇਸ ਤਰੀਕੇ ਨਾਲ ਫੋਲਡ ਕਰਦੇ ਹੋਏ ਅਸੀਂ ਸੁਪਰਿੰਗ ਰੋਲ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਅਸੀਂ ਸਪ੍ਰਿੰਗ ਰੋਲ ਬਣਾ ਕੇ ਤਿਆਰ ਕਰ ਲਏ ਇਸ ਤਰੀਕੇ ਨਾਲ ਅਸੀਂ ਸਾਰੇ ਸਪ੍ਰਿੰਗ ਰੋਲ ਬਣਾ ਕੇ ਤਿਆਰ ਕਰ ਲਏ ਸੀਗੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਫਰਾਈ ਕਰਨ ਦੇ ਲਈ ਗੈਸ ਉੱਪਰ ਤੇਲ ਸਾਡਾ ਗਰਮ ਆ ਹੁਣ ਅਸੀਂ ਇਹਦੇ ਵਿੱਚ ਇੱਕ ਇੱਕ ਕਰਕੇ ਸਪ੍ਰਿੰਗ ਰੋਲ ਪਾ ਦਾਂਗੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਪ੍ਰਿੰਗ ਰੋਲ ਸਾਡੇ ਬਣ ਕੇ ਰੈਡੀ ਹੋ ਗਏ ਹੁਣ ਅਸੀਂ ਇਹਨਾਂ ਨੂੰ ਤੇਲ ਦੇ ਵਿੱਚੋਂ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆ ਗਿਆ ਸਪ੍ਰਿੰਗ ਰੋਲ ਦਾ ਇਸੇ ਤਰੀਕੇ ਨਾਲ ਅਸੀਂ ਸਾਰੇ ਇਹ ਸਪ੍ਰਿੰਗ ਰੋਲ ਫਰਾਈ ਕਰ ਲਾਂਗੇ ਇਸੇ ਤਰੀਕੇ ਨਾਲ ਮੈਂ ਸਾਰੇ ਇਹ ਸਪ੍ਰਿੰਗ ਰੋਲ ਨੂੰ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਰੇ ਸਪ੍ਰਿੰਗ ਰੋਲ ਬਣ ਕੇ ਰੈਡੀ ਹੋ ਗਏ ਮੈਂ ਇਹਨਾਂ ਨੂੰ ਸਰਵ ਕੀਤਾ ਵਾ ਸਪ੍ਰਿੰਗ ਰੋਲ ਦੀ ਚਟਨੀ ਦੇ ਨਾਲ ਤੁਸੀਂ ਇਹਨਾਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਆਸਾਨ ਜਿਹਾ ਤਰੀਕਾ ਮੈਂ ਦੱਸਿਆ ਵਾ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਵੀ ਆਪਣੇ ਘਰ ਵਿੱਚ ਬਣਾ ਸਕਦੇ ਹੋ ਹਾਈਜੈਨਿਕ ਔਰ ਸਾਫ ਸੁਥਰੇ ਤੇਲ ਦੇ ਵਿੱਚ ਆਪਣੀ ਫੈਮਲੀ ਨੂੰ ਬਣਾ ਕੇ ਖਿਲਾਓ ਮਾਰਕੀਟ ਨਾਲੋਂ ਵੀ ਜ਼ਿਆਦਾ ਵਧੀਆ ਤੁਸੀਂ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਟਿੰਗ ਕਰਕੇ ਮੈਂ ਤੁਹਾਨੂੰ ਦਿਖਾਈ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਫੀਲਿੰਗ ਹੋਈ ਆ ਇਸੇ ਟ੍ਰਿਕ ਨਾਲ ਤੁਸੀਂ ਵੀ ਆਪਣੇ ਘਰ ਵਿੱਚ ਬਣਾਓ ਤੇ ਇੰਜੋਏ ਕਰੋ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ